ਦੱਸਣ ਤਾਂ ਸਹੀ ਵੀ 10 ਸਾਲ ਦੇ ਅੰਦਰ ਉਹਨਾਂ ਨੇ ਸੰਗਰੂਰ ਵਾਸਤੇ ਕੀ ਕੀਤਾ। ਜਿੰਨਾ ਕੁ ਮੈਂ ਉਹਨਾਂ ਦੇ ਫੇਸਬੁੱਕ 'ਤੇ ਦੇਖਿਆ ਜਿਹਦੇ ਉਹ ਲਾਲਾ ਲਾਲਾ ਕਰਦੇ ਸੀ ਵੀ ਇੱਕ 2 ਫੁੱਟ ਦੀ ਕਹਿੰਦਾ ਪੁਲੀ ਜੀ ਸੀ ਜਿਹੜਾ ਮੈਂ ਬਣਵਾਈ, ਕਹਿੰਦਾ ਜੀ ਪਤਾ ਨਹੀਂ ਐਸਟੀਮੇਟ 1,00,000 ਦਾ ਬਣ ਗਿਆ ਸੀ ਅਤੇ ਮੈਂ 3,00,000  'ਚ ਬਣਵਾ ਤੀ। ਆਹ ਮੱਲ ਮਾਰੀ ਉਹਨਾਂ ਨੇ। ਨੋਮੀਨੇਸ਼ਨ ਇਕੱਲੇ ਸੰਗਰੂਰ ਵਾਸਤੇ ਨਹੀਂ, ਇਕੱਲੇ ਪੰਜਾਬ ਵਾਸਤੇ ਨਹੀਂ, ਆਹ ਮਸਲਾ ਅੱਜ ਹਿੰਦੁਸਤਾਨ ਦਾ ਹੈ। ਇੱਥੇ ਦੀ ਗੱਲ ਕਰੀਏ ਕਿਉਂਕਿ ਆਹ ਹਿੰਦੁਸਤਾਨ ਦੀ ਸਭ ਤੋਂ ਵੱਡੀ ਪੰਚਾਇਤ ਪਾਰਲੀਮੈਂਟ ਦੇ ਵਿੱਚ ਆਪਣੇ ਇਲਾਕੇ ਦਾ ਨੁਮਾਇੰਦਾ ਬਣਾ ਕੇ ਇੱਥੋਂ ਚੁਣ ਕੇ ਲੋਕਾਂ ਨੇ ਭੇਜਣਾ ਹੈ। ਇਸ ਕਰਕੇ ਬਹੁਤ ਹੀ ਇਲੈਕਸ਼ਨ ਤਾਂ ਚਾਹੇ ਪੰਚੀ ਦਾ ਹੋਵੇ ਉਹ ਵੀ ਬੜਾ ਮਹੱਤਵਪੂਰਨ ਹੁੰਦਾ ਕਿਉਂਕਿ ਪਿੰਡ ਦੇ ਮਸਲੇ ਤੋਂ ਹੀ ਸਾਰੇ ਮਸਲੇ ਚਾਲੂ ਹੁੰਦੇ ਹੈ। ਪਰ ਆਹ ਦੇਸ਼ ਦੇ ਮੁੱਦਿਆਂ ਦੇ ਉੱਤੇ ਅਤੇ ਪੰਜਾਬ ਦੇ ਅੰਦਰ ਜਿਸ ਕਿਸਮ ਦੇ ਹਾਲਾਤ ਹੈ ਉਹਨਾਂ ਨੂੰ ਕਿਵੇਂ ਦੇਸ਼ ਦੀ ਤਰੱਕੀ ਦੇ ਨਾਲ ਜੋੜਿਆ ਜਾ ਸਕੇ ਉਹਦੇ ਵਾਸਤੇ ਇੱਕ ਮੈਂ ਸਮਝਦਾ ਪਹਿਲਾ ਕਦਮ ਜਿਹੜਾ ਆ ਅੱਜ ਅਰਵਿੰਦ ਖੰਨਾ ਜੀ ਨੇ ਇੱਥੋਂ ਜਿਹੜਾ ਚੱਕਿਆ ਅਤੇ ਅੱਜ ਸੰਗਰੂਰ ਇਲਾਕੇ ਦੇ ਲੋਕਾਂ ਦੇ ਆਸ਼ੀਰਵਾਦ ਦੇ ਵਾਸਤੇ ਅੱਜ ਇਹਨਾਂ ਨੇ ਨੋਮੀਨੇਸ਼ਨ ਭਰਿਆ। ਬਹੁਤ ਸਾਰੇ ਮਸਲੇ ਪੰਜਾਬ ਦੇ ਦਰਪੇਸ਼ ਹੈਗੇ। ਕੁਛ ਅੱਜ ਦੇ ਇਸ ਮਾਹੌਲ 'ਚ ਅੱਖੋਂ ਪਰੋਖੇ ਲੋਕ ਕਰੀ ਬੈਠੇ ਹੈ, ਪਰ ਲੋਕਾਂ ਨੂੰ ਭੁੱਲਣਾ ਨਹੀਂ ਚਾਹੀਦਾ ਕਿ ਲੱਖਾਂ ਲੋਕਾਂ ਦੇ ਘਰ ਨਸ਼ੇ ਦੀ ਚਪੇਟ ਦੇ ਵਿੱਚ ਅੱਜ ਵੀ ਭੁਗਤ ਰਹੇ ਹੈ, ਜਿਹਦਾ ਕਿਤੇ ਵੀ ਇਸ ਸਰਕਾਰ ਨੇ ਕੋਈ ਆਮ ਆਦਮੀ ਪਾਰਟੀ ਸਰਕਾਰ ਨੇ ਪੰਜਾਬ ਦੀ ਸਰਕਾਰ ਨੇ ਕੋਈ ਸੰਗਿਆਨ ਨਹੀਂ ਲਿਆ। ਅੱਜ ਵੀ ਪੰਜਾਬ ਦੇ ਅੰਦਰ ਖੋਹਾਂ ਫਰੌਤੀਆਂ ਗੁੰਡਾਗਰਦੀ ਕੋਈ ਵੀ ਔਰਤ ਜਿਹੜੀ ਮਹਿਫੂਜ਼ ਹੈ ਨਹੀਂ, ਜਿਹਦੀ ਇੱਜ਼ਤ ਹੈ, ਉਹ ਮਸਲੇ ਅੱਜ ਸਾਰੇ ਦਰਕਿਨਾਰ ਹੋਏ ਪਏ ਹੈ। ਅੱਜ ਬਹੁਤ ਸਾਰੇ ਸਵਾਲ ਹੈ ਜਿਹੜੇ ਲੋਕਾਂ ਨਾਲ ਕਰਾਂਗੇ, ਪਰ ਅੱਜ ਜਿਹੜਾ ਭੱਖ ਦਾ ਮੁੱਦਾ ਹੈਗਾ ਜਿਹਦੇ ਵਾਸਤੇ ਅੱਜ ਵੀ ਇੱਥੇ ਜਿਸ ਕਿਸਮ ਦੀ ਆਹ ਇਕੱਲੀ ਛਾਵਣੀ, ਆਹ ਕਚਹਿਰੀ ਨਹੀਂ ਛਾਵਣੀ ਬਣੀ ਪਈ, ਇਕੱਲਾ ਸੰਗਰੂਰ ਛਾਵਣੀ ਨਹੀਂ ਬਣਿਆ ਪਿਆ ਪੁਲਿਸ ਦੀ, ਪੂਰਾ ਪੰਜਾਬ ਪੁਲਿਸ ਦੀ ਛਾਵਣੀ ਬਣਿਆ ਪਿਆ। ਅੱਜ ਪੰਜਾਬ ਦੇ ਕਿਸਾਨ ਸੜਕਾਂ 'ਤੇ ਕਿਉਂ ਬੈਠੇ ਹੈ? ਚਾਹੇ ਅੱਜ ਉਹ ਆਪਣਾ ਗੁੱਸਾ BJP ਪ੍ਰਤੀ ਪ੍ਰਗਟ ਕਰ ਰਹੇ ਹੈ, ਪਰ ਮੈਂ ਮੇਰੇ ਕਿਸਾਨ ਭਰਾਵਾਂ ਨੂੰ ਪੁੱਛਣਾ ਚਾਹੁੰਦਾ ਵੀ ਵਕੀਲ ਕਿਹਾ ਕੀਤਾ ਸੀ ਤੁਸੀਂ? ਅੱਜ ਵਕੀਲ ਸੁੱਤਾ ਕਿਉਂ ਹੈ? ਵਕੀਲ ਬੋਲਦਾ ਕਿਉਂ ਨਹੀਂ? ਕਿਉਂ ਕਿਸਾਨ ਸੜਕਾਂ 'ਤੇ ਬੈਠੇ ਹੈ? ਆਹ ਸਮੱਸਿਆ ਇਕੱਲੇ BJP ਦੀ ਨਹੀਂ, ਅੱਜ BJP ਦੇ ਕੈਂਡੀਡੇਟ ਨੂੰ ਇੱਥੇ ਆਉਣ ਤੋਂ ਪਹਿਲਾਂ 100 ਜੱਦੋ ਜਹਿਦ ਕਰਕੇ ਪਹੁੰਚਣ ਪਏ। ਮੱਦਾ ਨਹੀਂ ਸਾਹਿਬ, ਕੈਂਡੀਡੇਟ ਨੇ ਤਾਂ ਵੋਟਾਂ ਮੰਗਣ ਵਾਲ ਜਾਣਾ, ਲੋਕਾਂ ਕੋਲ ਜਾਊਗਾ ਜਿਸ ਹਾਲਾਤ 'ਚ, ਪਰ ਉਹਨਾਂ ਦੀ ਸੋਚੋ ਜਿਹੜੇ ਸੜਕਾਂ ਦੇ ਉੱਤੇ ਤੰਗ ਹੋ ਰਹੇ ਲੋਕ, ਅਤੇ ਜਿਹੜੇ ਵਪਾਰੀ ਵਰਗ ਕੰਮ ਕਰਨ ਵਾਲੇ ਲੋਕ ਹੈ ਜਿਨ੍ਹਾਂ ਨੇ ਅੱਗੇ ਆਪਣਾ ਕਿਤੇ ਜਾਣਾ ਦੇਸ਼ ਦੇ ਅੰਦਰ, ਰੇਲਵੇ ਟਰੈਕਸ 'ਤੇ ਕਿਸਾਨ ਬੈਠੇ ਹੈ, ਆਹ ਅੱਜ ਸਵਾਲ ਅਰਵਿੰਦ ਕੇਜਰੀਵਾਲ ਜੀ ਪਾਰਲੀਮੈਂਟ 'ਚ ਜਾ ਕੇ ਚੱਕਣਗੇ ਵੀ ਕਿਸਾਨਾਂ ਨੂੰ ਇਸਤੇਮਾਲ ਕੀਤਾ ਜਾ ਰਿਹਾ ਭਗਵੰਤ ਮਾਨ ਜੀ ਦੀ ਸਰਕਾਰ ਦੇ ਦੁਆਰਾ। ਅਗਰ ਭਗਵੰਤ ਮਾਨ ਜੀ ਕਿਸਾਨਾਂ ਦੇ ਹਿਤੈਸ਼ੀ ਹੁੰਦੇ ਤਾਂ ਵਕੀਲ ਉਦੋਂ ਤਾਂ ਬਣ ਕੇ ਬਹਿ ਗਏ ਸੀਗੇ ਪੰਜਾਬ ਭਵਨ ਦੇ ਅੰਦਰ ਜਦੋਂ ਕੇਂਦਰ ਦੇ ਮੰਤਰੀ ਆਏ, ਪਿਊਸ਼ ਗੋਇਲ ਜੀ ਆਏ, ਮੁੰਡਾ ਜੀ ਆਏ, ਐਗਰੀਕਲਚਰ ਮਿਨਿਸਟਰ ਸਾਹਿਬ। ਅੱਜ ਕਿਉਂ ਨਹੀਂ ਜਾ ਕੇ ਕਿਸਾਨਾਂ ਨਾਲ ਗੱਲ ਕਰਦੇ? ਕਿਉਂ ਨਹੀਂ ਉਹਨਾਂ ਨੂੰ ਕਹਿੰਦੇ ਵੀ ਭਰਾਓ ਮੈਂ ਤੁਹਾਡੇ ਮਸਲੇ ਹੱਲ ਕਰੂੰਗਾ? ਇਹਨਾਂ ਦੇ ਵਿੱਚ ਤਾਂ ਪਹਿਲੇ ਜਿਹੜੇ ਕਾਂਗਰਸ ਦੇ 6 ਮਹੀਨੇ ਮੁੱਖ ਮੰਤਰੀ ਬਣੇ ਸੀ, ਕੀ ਫਰਕ ਹੈ? ਦੋਨੋਂ ਗੱਲਾਂ ਕਰਦੇ ਫਿਰਦੇ, ਮਸਲੇ ਹੱਲ ਕਰਦੇ, ਆਪਣੇ ਮਸਲੇ ਤਾਂ ਉਹਨਾਂ ਨੇ ਹੱਲ ਕਰ ਲਏ, ਸਾਰਿਆਂ ਨੇ ਘਰ, ਕਿਸੇ ਨੇ ਘਰ ਵਸਾ ਲਿਆ, ਕਿਸੇ ਨੇ ਘਰ ਭਰ ਲਿਆ ਰੁਪਈਆਂ ਨਾਲ, ਪਰ ਲੋਕਾਂ ਦੇ ਘਰ ਉਜੜੀ ਜਾਂਦੇ ਹੈ। ਅੱਜ ਸ਼ੁਭਦੀਪ ਦਾ ਜੇ ਘਰ ਉਜੜਿਆ ਉਹਦਾ ਕੋਈ ਜਵਾਬ ਕੌਣ ਦੇਊਗਾ? ਭਗਵੰਤ ਮਾਨ ਜੀ ਦੇਣਗੇ ਜਾਂ ਕੋਈ ਆ ਕੇ ਸੁਨੀਲ ਜਾਖੜ ਦੇਊਗਾ?
ਇਹ ਮਸਲੇ ਸਰਕਾਰ ਦੇ ਹੈ, ਸਰਕਾਰ ਆਪਣੀ ਜ਼ਿੰਮੇਵਾਰੀ ਤੋਂ ਭੱਜੀ ਖੜੀ ਹੈ ਅਤੇ ਲੋਕਾਂ ਨੂੰ ਗੁੰਮਰਾਹ ਕਰਕੇ ਅੱਜ ਜੇ ਆਮ ਆਦਮੀ ਪਾਰਟੀ ਲੋਕਾਂ ਦੇ ਅੱਖਾਂ 'ਤੇ ਪਰਦਾ ਜੇ ਘੱਟਾ ਪਾਉਣਾ ਚਾਹੁੰਦੀ ਅੱਖਾਂ 'ਚ ਤਾਂ ਸਭ ਬਿਲਕੁਲ ਨਹੀਂ ਹੋਣ ਦੇਵਾਂਗੇ। ਅੱਜ ਉਸ ਸਭ ਤੋਂ ਵੱਡੀ ਹਿੰਦੁਸਤਾਨ ਦੀ ਪੰਚਾਇਤ 'ਚ ਜਦੋਂ ਚੁਣ ਲੱਗੇ ਹਾਂ, ਅੱਜ ਮੌਕਾ ਹੈ ਜਦੋਂ ਸੰਗਰੂਰ ਦੇ ਲੋਕਾਂ ਨੂੰ ਅੰਦਰ ਝਾਤੀ ਮਾਰ ਕੇ ਦੇਖਣਾ ਪਊਗਾ। ਇਸ ਕਰਕੇ ਨਹੀਂ ਵੀ ਸੁਨੀਲ ਜਾਖੜ ਕਹਿ ਰਿਹਾ, ਸੁਨੀਲ ਜਾਖੜ ਦਾ ਬੀਜੇਪੀ ਦਾ ਨੁਮਾਇੰਦਾ ਹੋਣ ਕਾਰਨ ਕਹਿ ਰਿਹਾ, ਪਰ ਲੋਕਾਂ ਨੂੰ ਦੇਖਣਾ ਪਊਗਾ ਵੀ ਤੁਸੀਂ ਦੋ ਵਾਰੀ ਚੁਣ ਕੇ ਭੇਜਿਆ ਸਾਡੇ ਮੁੱਖ ਮੰਤਰੀ ਸਾਹਿਬ ਨੂੰ, ਐਜ਼ ਐਮ ਪੀ ਚੁਣ ਕੇ ਭੇਜਿਆ, ਰਿਜ਼ਲਟ ਕੀ ਹੈ ਸਾਹਿਬ? ਉਹ ਦੱਸਣ ਤਾਂ ਸਹੀ ਵੀ 10 ਸਾਲ ਦੇ ਅੰਦਰ ਉਹਨਾਂ ਨੇ ਸੰਗਰੂਰ ਵਾਸਤੇ ਕੀ ਕੀਤਾ। ਜਿੰਨਾ ਕੁ ਮੈਂ ਉਹਨਾਂ ਦੇ ਫੇਸਬੁੱਕ 'ਤੇ ਦੇਖਿਆ, ਜਿਹਦੇ ਉਹ ਲਾਲਾ ਲਾਲਾ ਕਰਦੇ ਸੀ ਵੀ ਇੱਕ 2 ਫੁੱਟ ਦੀ ਕਹਿੰਦਾ ਪੁਲੀ ਜੀ ਸੀ ਜਿਹੜਾ ਮੈਂ ਬਣਵਾਈ, ਕਹਿੰਦਾ ਜੀ ਪਤਾ ਨਹੀਂ ਐਸਟੀਮੇਟ 1,00,000 ਦਾ ਬਣ ਗਿਆ ਸੀ ਅਤੇ ਮੈਂ 3,00,000 'ਚ ਬਣਵਾਤੀ। ਆਹ ਮੱਲ ਮਾਰੀ ਉਹਨਾਂ ਨੇ 1,00,000 ਤੋਂ 8 ਲੱਖ, ਇਹ ਆਹ ਮੱਲ ਮਾਰੀ 8,00,000 ਰੁਪਈਏ ਦਾ, 10 ਸਾਲਾਂ ਦਾ ਹਿਸਾਬ 8,00,000 ਰੁਪਈਏ ਦਾ ਦੇ ਰਹੇ ਹੈ ਭਗਵੰਤ ਮਾਨ ਜੀ। ਖੇਡ ਬਣਾ ਤੀ, ਮਜ਼ਾਕ ਬਣਾ ਤਾ ਸਭ, ਆਹ ਜਿਹੜਾ ਵੋਟ ਆ ਮਜ਼ਾਕ ਹੈ ਨਹੀਂ। ਅਤੇ ਮੈਂ ਕਿਸਾਨ ਭਰਾਵਾਂ ਨੂੰ ਵੀ ਕਹਿਣਾ ਚਾਹੂੰਗਾ, ਵੋਟ ਤੁਹਾਡਾ ਸਾਥੀ ਹੋ, ਸੋਚ ਸਮਝ ਕੇ ਪਾਇਓ। ਮੈਂ ਨਹੀਂ ਕਹਿੰਦਾ ਵੀ ਤੁਸੀਂ ਮੇਰੇ ਕਹਿਣ ਨਾਲ ਪਾ ਦਿਓ, ਪਰ ਦੇਖਿਓ ਤੁਹਾਡਾ ਮਸਲਾ ਹੱਲ ਕੌਣ ਕਰਾ ਸਕਦਾ। ਜਿਹੜੇ ਲੋਕ 10 ਸਾਲ ਦੇ ਅੰਦਰ 8,00,000 ਰੁਪਈਏ ਨਹੀਂ ਲੈ ਕੇ ਆ ਸਕੇ, ਜਿਹੜੇ ਕੇਜਰੀਵਾਲ ਸਾਹਿਬ ਅੱਜ ਪੂਰੇ ਹਿੰਦੁਸਤਾਨ ਨੂੰ ਗਰੰਟੀਆਂ ਦਿੰਦੇ ਫਿਰਦੇ ਆ, ਉਹ ਤਾਂ ਆਪਣੀ ਆਪ ਦੀ ਫਾਈਲ ਲੈਫਟੀਨੈਂਟ ਗਵਰਨਰ ਤੋਂ ਕਢਾ ਕੇ ਨਹੀਂ ਲਿਆ ਸਕਦੇ, ਪੰਜਾਬ ਦੇ ਮੁੱਦੇ ਕਿਵੇਂ ਕਰਾ ਦੇਣਗੇ ਸਾਹਿਬ? ਕੌਣ ਕਰਾ ਦੂਗਾ? ਸਿਮਰਜੀਤ ਮਾਨ ਜੀ ਲੋਕਾਂ ਨੇ ਵਿਸ਼ਵਾਸ ਬਣਾ ਕੇ ਭੇਜਿਆ, ਤੁਸੀਂ ਛਾਤੀ 'ਤੇ ਹੱਥ ਰੱਖ ਕੇ ਮੈਨੂੰ ਦੱਸੋ ਸਾਹਿਬ, ਲੋਕਾਂ ਨੇ ਭਾਵਨਾਤਮਕ ਤੌਰ 'ਤੇ ਜੁੜ ਕੇ ਉਹਨਾਂ ਨੂੰ ਚੁਣ ਕੇ ਭੇਜਤਾ, ਪਰ ਕੀ ਸੰਗਰੂਰ ਦੇ ਮੁੱਦੇ ਹੱਲ ਕਰਵਾਉਣ 'ਚ ਉਹਨਾਂ ਦਾ ਕੋਈ ਯੋਗਦਾਨ ਹੈਗਾ? ਕੋਈ ਮੁੱਦਾ ਹੱਲ ਕਰਵਾਇਆ? ਆਹ ਘੱਗਰ ਖੜੀ ਹੈ ਸਾਹਿਬ, ਆਹ ਘੱਗਰ ਹੁਣ ਮੁਣਕ ਵਾਲੇ ਇੱਥੇ ਆ, ਇੱਥੇ ਵਾਲੇ ਮੇਰੇ ਕੋਲ ਖੜੇ ਸੀਗੇ, ਕਹਿੰਦਾ ਸਾਡਾ ਦੱਸੋ। ਮੈਂ ਕਿਹਾ ਤੁਸੀਂ ਅੰਦਰ ਝਾਕੀ ਮਾਰ ਕੇ ਦੇਖੋ ਕਿਹੜੀ ਸਰਕਾਰ ਤੁਹਾਡੇ ਮਸਲੇ ਹੱਲ ਕਰ ਸਕਦੀ ਹੈ। ਮੈਂ ਇੱਥੇ ਝੂਠੇ ਲਾਰੇ ਲਾਉਣ ਨਹੀਂ ਆਇਆ ਸਾਹਿਬ, ਮੈਂ ਲੋਕਾਂ ਨੂੰ ਇੰਨਾ ਹੀ ਆਗਾਹ ਕਰਨ ਆਇਆ ਵੀ ਤੁਸੀਂ ਅੰਦਰ ਬੈਠ ਕੇ ਸੋਚ ਕੇ ਦੇਖੋ, ਸਰਕਾਰ ਨਾਲ ਮੁੱਦੇ ਹੱਲ ਹੋਣੇ ਹੈ ਜਾਂ ਮਜ਼ਬੂਤ ਅਪੋਜੀਸ਼ਨ ਹੋਵੇ। ਮਜ਼ਬੂਤ ਅਪੋਜੀਸ਼ਨ ਕਿੱਥੇ ਸਾਹਿਬ? ਕਿੱਥੇ ਹੈ ਮਜ਼ਬੂਤ ਅਪੋਜੀਸ਼ਨ? ਭਗਵੰਤ ਮਾਨ ਜੀ ਕਹਿੰਦੇ 30,500 ਚੁਣ ਕੇ ਜਾਂਦੇ ਰਹਿਣਗੇ, ਸੀਟਾਂ ਲੜੀ ਜਾਂਦੇ ਪਤਾ ਨਹੀਂ 21 ਜਾਂ 22, ਮੇਰੇ ਖਿਆਲ ਤਾਂ 20 ਹੈ ਸ਼ਾਇਦ 20 ਹੈ, ਅਤੇ ਕਹਿੰਦਾ 30 ਸਾਡੇ ਚੁਣ ਕੇ ਜਾਣਗੇ। ਪਹਿਲਾਂ ਵਾਲੇ ਦਸਤਾ ਸੰਭਾਲੇ ਨਹੀਂ ਜਾਂਦੇ, ਪਹਿਲਾਂ ਵਾਲੇ ਦਸਤਾ ਜੇ ਗਿਣਤੀ 'ਚ ਨਹੀਂ ਆਏ, ਜਿਹੜੇ ਰਾਜ ਸਭਾ 'ਚ ਭੇਜੇ ਸੀਗੇ, ਕਿੰਨੇ 7 ਭੇਜੇ ਸੀ ਇੱਥੋਂ, 2-3 ਉੱਥੋਂ ਲਈ ਬੈਠੇ ਸੀ ਦਿੱਲੀ ਵਾਲੇ, ਸਾਰੇ ਛੂ ਮੰਤਰ ਹੋ ਗਏ। ਕਿਉਂ? ਕਿਉਂਕਿ ਇਹਨਾਂ ਨੇ ਜਿਸ ਤਰ੍ਹਾਂ ਪੰਜਾਬ ਨੂੰ ਲੁੱਟਿਆ ਸਾਹਿਬ, ਉਹ ਜਿਹੜਾ ਦਾਰੂ ਵੇਚ ਕੇ ਇਹ ਜੋ ਅੱਜ ਆਪਣੇ ਆਪ ਨੂੰ ਸ਼ਹੀਦ ਆਜ਼ਮ ਭਗਤ ਸਿੰਘ ਦੇ ਨਾਲ ਫੋਟੋ ਲਾ ਕੇ ਉਹਨਾਂ ਨੂੰ ਬਦਨਾਮ ਕਰਨ ਦਾ ਪ੍ਰਯਾਸ ਹੈ, ਸਿੱਧਾ ਸਿੱਧਾ ਲੋਕਾਂ ਨੂੰ ਰੋਕਣਾ ਚਾਹੀਦਾ, ਰੋਕਣਾ ਚਾਹੀਦਾ। ਤੁਸੀਂ ਕਿਹੜੀ ਬਹਾਦਰੀ ਦੇ ਮੱਲ ਮਾਰ ਕੇ ਤੁਸੀਂ ਤਿਹਾੜ ਜੇਲ੍ਹ 'ਚ ਗਏ ਹੋ ਸਾਹਿਬ, ਦਾਰੂ ਵੇਚਣ ਵਾਲੇ ਮਸਲੇ 'ਚ ਫੜੇ ਗਏ ਹੋ, ਅਤੇ ਅੱਜ ਆਪਣੇ ਆਪ ਨੂੰ ਦੇਸ਼ ਭਗਤ ਦੱਸੀ ਜਾਂਦੇ ਹੋ। ਗੁੰਮਰਾਹ ਨਾ ਕਰੋ ਲੋਕਾਂ ਨੂੰ, ਅਤੇ ਲੋਕਾਂ ਨੂੰ ਮੈਂ ਆਹੀ ਕਹਿਣ ਆਇਆ ਸਾਥੀਓ, ਬੜਾ ਸੋਚ ਸਮਝ ਕੇ ਆਪਣਾ ਚੰਗਾ ਮਾੜਾ ਦੇਖ ਕੇ, ਕਿਉਂਕਿ ਕਿਹੜਾ ਵੋਟ ਪਾਤਾ ਸਾਹਿਬ? ਅੱਜ ਤਾਈਂ ਕਾਨੂੰਨ 'ਚ ਆ ਹੈ ਨਹੀਂ ਵੀ ਮੋੜ ਲਓ ਵਾਪਸ, ਵੀ ਅੱਜ ਗਲਤੀ ਕਰ ਗਏ। ਪੰਜਾਬ ਦੇ ਲੋਕਾਂ ਨੇ 2 ਸਾਲ ਪਹਿਲਾਂ ਗਲਤੀ ਕੀਤੀ, ਆਮ ਆਦਮੀ ਪਾਰਟੀ ਨੂੰ 93 ਜਿਤਾ ਕੇ, ਲੋਕ ਕਹਿ ਦਿੰਦੇ ਆ ਵੀ ਇਹਨਾਂ ਨੂੰ ਡਿਸਮਿਸ ਕਰ ਦੇਣਗੇ, ਆ ਜਿਹੜਾ ਗਵਰਨਰ ਰੂਲ ਬਿਲਕੁਲ ਨਹੀਂ ਲੱਗਦਾ ਸਾਹਿਬ, 3 ਸਾਲ ਭੁਗਤਣੇ ਪੈਣਗੇ ਜੇ ਹੋਰ ਇਹਨਾਂ ਨੂੰ, ਅਤੇ ਧੂੰਏ ਘੜਾ ਦੇਣਗੇ ਪੰਜਾਬ ਦੇ ਲੋਕਾਂ ਦੇ ਨਾਸਾਂ ਦੇ ਵਿੱਚ ਦੀ ਆ ਲੋਕ ਰਹਿ ਗਏ। ਪਰ ਕਾਨੂੰਨ ਵਿਵਸਥਾ ਦੇ ਉੱਤੇ ਨਿਗਾਹ ਰੱਖਣਾ ਕੰਮ ਜਿਹੜਾ ਸੈਂਟਰ ਦਾ ਵੀ ਹੈ, ਇਹਨਾਂ ਦਾ ਸਟੇਟ ਦਾ ਅਖਤਿਆਰ ਹੈਗਾ ਹੀ ਹੈਗਾ, ਪਰ ਜਦੋਂ ਪਾਣੀ ਨਾਸਾਂ ਦੇ ਉੱਤੇ ਤੁਰ ਗਿਆ ਨਾ, ਫਿਰ ਐਵੇਂ ਨਹੀਂ ਸਾਹਿਬ, ਫਿਰ ਪੰਜਾਬ ਦੇ, ਕਿਉਂਕਿ ਸਰਹੱਦੀ ਸਾਡਾ ਸੂਬਾ ਹੈ,
ਇਹਦੇ 'ਤੇ ਨਿਗਾਹ ਰੱਖਣਾ ਸਾਡੀ ਜ਼ਿੰਮੇਵਾਰੀ ਬਣਦੀ ਹੈ। ਇੱਥੇ ਦਾ ਭਵਿੱਖ, ਹਿੰਦੁਸਤਾਨ ਦੇ ਭਵਿੱਖ, ਪੰਜਾਬ ਮਜ਼ਬੂਤ ਹੋਊਗਾ ਤਾਂ ਹਿੰਦੁਸਤਾਨ ਦੀ ਮਜ਼ਬੂਤੀ 'ਚ ਚਾਰ ਚੰਦ ਲੱਗਣਗੇ। ਵਿਰੋਧ ਕੀਤਾ ਜਾ ਰਿਹਾ ਬੀਜੇਪੀ ਦਾ, ਬਿਲਕੁਲ ਸਭ ਕਰ ਰਹੇ ਆ। ਮੈਂ ਕਦੋਂ ਕਹਿੰਦਾ ਵੀ ਨਹੀਂ ਕਰ ਰਹੇ, ਕਰਨਾ ਚਾਹੀਦਾ ਆਪਣੇ ਉਹਨਾਂ ਦੇ ਮੁੱਦੇ ਕਰਨ, ਸ਼ਾਂਤੀਪੂਰਵਕ ਕਰਨ ਸਭ, ਕਿਉਂਕਿ ਮਸਲਾ ਗੱਲਬਾਤ ਨਾਲ ਹੀ ਸੁਲਝੂਗਾ। ਆ ਜਿਹੜੇ ਮਸਲੇ ਹੈ ਐਵੇਂ ਸੜਕਾਂ ਦੇ ਚੌਂਕਾਂ ਦੇ ਖੜ੍ਹੇ ਹੋ ਕੇ ਨਹੀਂ ਸੁਲਝੇ ਜਾਣੇ ਸਾਹਿਬ। ਇਸ ਗੱਲ 'ਤੇ ਮੈਂ ਕੱਲ੍ਹ ਅੱਡ ਇੱਕ ਪ੍ਰੈਸ ਕਾਨਫਰੰਸ ਕਰੂੰਗਾ, ਸਾਡੇ ਸਾਰੇ ਇਸ ਮੁੱਦੇ 'ਤੇ ਸਾਡਾ ਜਿਹੜਾ ਖਿਆਲ ਹੈ ਉਹ ਅਸੀਂ ਰੱਖਾਂਗੇ। ਉਹਨਾਂ ਨੂੰ ਇਹ ਮੇਰੀ ਤਾਂ ਇੰਨੀ ਬੇਨਤੀ ਹੈ, ਆਪਣੀ ਗੱਲ ਰੱਖੋ। ਦਿੱਲੀ ਤਾਂ ਤੁਹਾਡੇ ਇੱਥੇ ਆ, ਦਿੱਲੀ ਤੁਹਾਡੇ ਇੱਥੇ ਆ ਗਈ, ਗੱਲ ਤਾਂ ਜਾ ਕੇ ਉੱਥੇ ਮੰਤਰੀ ਨਾਲ ਹੀ ਕਰਨੀ ਸੀ। ਮੰਤਰੀ ਸਾਹਿਬ ਤਾਂ ਇੱਥੇ ਆਏ ਬੈਠੇ ਸੀਗੇ। ਵਕੀਲ ਤੁਸੀਂ ਮਾੜਾ ਕਰ ਲਿਆ ਸਾਹਿਬ, ਇਹ ਜੇ ਵਕੀਲ ਨੂੰ ਤੁਸੀਂ ਟਿੰਬਕਟੂ ਲੈ ਜਾਓ ਚਾਹੇ, ਇਹਨਾਂ ਨੇ ਤਾਂ ਬੇੜਾ ਡੁਬਾਉਣਾ ਹੀ ਡੁਬਾਉਣਾ ਹੈ ਸਾਹਿਬ। ਜੇ ਵਕੀਲ ਹੈ ਜਿਹੜਾ ਨਾ ਜੀ, ਉਹ ਲੈ ਕੇ ਬੈਠਦਾ ਮੁਦਈ ਨੂੰ, ਮੁਦਈ ਦਾ ਦਰਦ ਸਮਝਦੀ ਹੈ ਸਾਰੇ, ਸਰਕਾਰ ਸਮਝਦੀ ਹੈ, ਦੁਨੀਆ ਸਮਝਦੀ ਹੈ, ਪਰ ਵਕੀਲ ਪਤਾ ਨਹੀਂ ਕੀ ਖੇਡਾਂ ਖੇਡ ਰਹੇ ਸਰ। ਸਭ ਇੱਟ ਲੱਗੀ ਦਿਖਾ ਦਿਓ ਮੈਨੂੰ, ਮੈਂ ਹੁਣੇ ਕਹਿ ਕੇ ਹਟਿਆ ਵੀ ਇਹਦੇ ਨਾਲ ਤੋਂ ਸਾਡੇ ਵਾਲਾ ਜਿਹੜਾ 6 ਮਹੀਨੇ ਰਹਿ ਕੇ ਗਿਆ ਸੀ ਮੁੱਖ ਮੰਤਰੀ, ਉਹ ਕਹਿੰਦਾ ਸੀ ਪੈਚ ਵਰਕ ਕਰਾ ਤੇ, ਇਹਨਾਂ ਪਤਿੰਦਰਾਂ ਤੋਂ ਪੈਚ ਵੀ ਨਹੀਂ ਲੱਗਿਆ, ਇਹਨਾਂ ਨੇ ਪਹਿਲੇ ਵਾਲੇ ਚੰਗੇ ਕੁਆਤੇ। ਦੇਖੋ ਭਗਵੰਤ ਮਾਨ ਜੀ ਕਿਸ ਵਾਸਤੇ ਬਣੇ ਹੈ, ਨਹੀਂ ਬਣੇ ਮੈਂ ਕਹਿਣਾ ਨਹੀਂ ਚਾਹੁੰਦਾ, ਕਿਉਂਕਿ ਜਿਸ ਕਾ ਕਾਮ ਉਸੀ ਕੋ ਸਾਜੇ, ਔਰ ਕਰੇ ਤੋ ਡੈਂਗਾ ਬਾਜੇ। ਉਹਨਾਂ ਦਾ ਜਿਹੜਾ ਕੰਮ ਸੀਗਾ ਉਹ ਕਦੇ ਛੱਲਾ ਗਾ ਦਿੰਦੇ, ਛੱਲਾ ਗਾ ਕੇ ਪੰਜਾਬ ਨੂੰ ਛੱਲਾ ਬਣਾ ਰਹੇ ਸਭ। ਇਹ ਕੋਈ ਕੰਮ ਹੈ ਮੁੱਖ ਮੰਤਰੀ ਦੇ ਕਰਨ ਵਾਲੇ? ਆਹ ਕੋਈ ਕੰਮ ਹੈ ਕਰਨ ਵਾਲੇ? ਕੰਮ ਜਿਹੜੇ ਕੰਮ ਹੈ ਕਿਸਾਨਾਂ ਨਾਲ ਬੈਠ ਕੇ ਗੱਲ ਕਰਨ, ਬਾਪ ਦਾ ਪੰਜਾਬ ਸੰਭਾਲਣ, ਕਿਸਾਨ ਮੈਂ ਕਹਿੰਦਾ ਕਿਸਾਨ ਕਦੋਂ ਦੇ ਬੈਠੇ ਆ ਸੜਕਾਂ 'ਤੇ, ਉੱਥੇ ਰਹਿਣ ਨਾ ਰਹਿ। ਸਾਹਿਬ ਕੋਈ ਕਿਸੇ ਦੇ ਅੰਦਰ ਨਫ਼ਰਤ ਨਹੀਂ ਸਾਹਿਬ, ਅਤੇ ਆਹ ਗੁਰੂਆਂ ਦੀ ਧਰਤੀ ਹੈ, ਪੀਰ ਪੈਗੰਬਰਾਂ ਦੀ ਧਰਤੀ ਹੈ ਪੰਜਾਬ। ਪੰਜਾਬ ਦੇ ਅੰਦਰ ਨਫ਼ਰਤ ਬੀਜਣ ਵਾਲੇ ਕੰਮ ਕੀਤੇ ਸੀ ਕਿਸੇ ਤੋਂ, ਉਹ ਅੱਖੋਂ ਪਰੋਖੇ ਹੈ ਨਹੀਂ ਸਾਹਿਬ। ਜਿਨ੍ਹਾਂ ਨੇ ਇੱਥੇ ਹਿੰਦੂ ਸਿੱਖ ਭਾਈਚਾਰੇ 'ਚ ਢਾਹ ਲਾਈ ਸੀ, ਉਹਨਾਂ ਦਾ ਨੁਮਾਇੰਦਾ ਬਣ ਕੇ ਖਹਿਰਾ ਸਾਹਿਬ ਇੱਥੇ ਆਏ ਖੜ੍ਹੇ ਆ। ਉਹਨਾਂ ਨੂੰ ਪੁੱਛਿਓ ਕਾਂ ਖਹਿਰਾ ਸਾਹਿਬ ਨੂੰ ਵੀ ਤੁਸੀਂ ਕੀ ਕਹਿੰਦੇ ਹੋ ਕਾਂਗਰਸ ਦੀ ਪੋਲਿਸੀ 'ਤੇ। ਜਿਹੜੇ ਲੋਕਾਂ ਨੇ ਇੱਥੇ ਹਿੰਦੂ ਸਿੱਖ ਦਾ ਸਵਾਲ ਚੱਕਿਆ ਸੀਗਾ ਉਹਦੇ 'ਤੇ ਖਹਿਰਾ ਸਾਹਿਬ ਨੂੰ ਪੁੱਛੋ। ਮੇਰਾ ਸਵਾਲ ਖਹਿਰਾ ਸਾਹਿਬ ਤਾਂ ਹੀ ਨਹੀਂ, ਖਹਿਰਾ ਸਾਹਿਬ ਦੇ ਰਾਹੀਂ ਸਵਾਲ ਹੈ ਉਹਨਾਂ ਦੀ ਹਾਈ ਕਮਾਂਡ ਤੋਂ ਪੁੱਛ ਲਿਆ ਗਿਆ। ਉਹਨਾਂ ਨੇ ਪੁੱਛ ਕੇ ਆ ਕੇ ਗੱਲ ਕਰਨ, ਉਹਦੇ ਬਾਅਦ ਕੋਈ ਇੱਥੇ ਆ ਕੇ ਲੋਕਾਂ ਤੋਂ ਵੋਟ ਮੰਗਣ ਸਾਹਿਬ। ਪਿਛਲੇ 10 ਸਾਲ ਜੋ ਕੰਮ ਮੋਦੀ ਸਾਹਿਬ ਨੇ ਕੀਤੇ ਹੈ ਉਹੀ ਸਾਡੇ ਮੁੱਖ ਮੁੱਦੇ ਆ। ਹਲਕੇ ਲਈ ਗਏ ਆਪਾਂ ਸੰਗਰੂਰ ਹਲਕੇ ਦੀ ਗੱਲ ਕਰੀਏ, ਦੇਖੋ ਹਲਕਾ ਸੰਗਰੂਰ ਤਾਂ ਮੈਂ ਕਹਿ ਸਕਦਾ ਹਾਂ ਕਿ ਹਲਕਾ ਸੰਗਰੂਰ ਨੇ ਹਮੇਸ਼ਾ ਪੰਜਾਬ ਦੇ ਵਿੱਚ ਇੱਕ ਨਵਾਂ ਇਤਿਹਾਸ ਖੜਾ ਕੀਤਾ। ਤਾਂ ਮੈਂ ਉਮੀਦ ਕਰਦਾ ਕਿ ਅੱਗੇ ਵੀ ਜਾ ਕੇ ਹਲਕਾ ਸੰਗਰੂਰ ਨੇ ਆਉਣ ਵਾਲੀ 1 ਤਰੀਕ ਨੂੰ ਇੱਕ ਨਵਾਂ ਇਤਿਹਾਸ ਸ਼ੁਰੂ ਕਰਨਾ ਹੈ ਪੰਜਾਬ ਦੇ ਵਿੱਚ। ਗੱਲ ਇਹ ਹੈ ਕਿ ਅੱਜ ਦੀ ਤਾਰੀਕ ਜੋ ਸਾਖੜ ਸਾਹਿਬ ਵੀ ਹੁਣ ਕਹਿ ਕੇ ਗਏ ਹਾਂ ਕਿ ਪਿਛਲੇ 10 ਸਾਲ 2 ਵਾਰ ਆਪਾਂ ਭਗਵੰਤ ਮਾਨ ਸਾਹਿਬ ਨੂੰ ਜਿਤਾਇਆ ਅਤੇ 1 ਵਾਰ ਸਿਮਰਨਜੀਤ ਸਿੰਘ ਮਾਨ ਨੂੰ, ਅਤੇ 1 ਇੱਟ ਨਹੀਂ ਲੱਗੀ ਪੰਜਾਬ ਦੇ ਵਿੱਚ ਅਤੇ ਖਾਸ ਕਰਕੇ ਸੰਗਰੂਰ ਦੇ ਵਿੱਚ। ਅਤੇ ਇਹ ਮੁੱਦੇ ਡਿਵੈਲਪਮੈਂਟ ਦੇ ਸਾਡਾ ਪੰਜਾਬ ਰੁਲਿਆ ਪਿਆ ਭਾਅ ਜੀ, ਪੂਰਾ ਪੰਜਾਬ ਰੁਲਿਆ ਪਿਆ, ਔਰ ਉਸ ਇਲਾਕੇ ਦੇ ਵਿੱਚ ਸੰਗਰੂਰ ਸਭ ਤੋਂ ਪਿਛੋਕੜ ਇਲਾਕਾ। ਅਤੇ ਇੱਥੇ ਵਿਕਾਸ ਕਰਨ ਦੀ ਲੋੜ ਹੈ, ਕੰਮ ਕਰਨ ਦੀ ਲੋੜ ਹੈ, ਲੋਕਾਂ ਨੂੰ ਰੁਜ਼ਗਾਰੀ ਦਿਲਾਉਣ ਦੀ ਲੋੜ ਹੈ, ਕਿਸਾਨਾਂ ਦੀ ਗੱਲ ਕਰਨ ਦੀ ਲੋੜ ਹੈ। ਐਸੇ ਸਾਰੇ ਮਸਲੇ ਜੇ ਮੈਨੂੰ ਇੱਥੇ ਮੌਕਾ ਮਿਲਦਾ ਲੋਕਾਂ ਦੀ ਵੱਡੇ ਕਚਹਿਰੀ ਦੇ ਵਿੱਚ ਸੇਵਾ ਕਰਨ ਦਾ, ਮੈਂ ਖੁਸ਼ੀ ਨਾਲ ਹਰੇਕ ਦੀ ਆਵਾਜ਼ ਉਠਾਵਾਂਗਾ। ਸਾਡੀ ਗਰੀਬ ਜਨਤਾ ਇੱਥੇ ਬੈਠੀ, ਸਾਡੀ OBC SC ਬਰਾਦਰੀ ਇੱਥੇ ਗਰੀਬ ਬੈਠੀ ਹੈ, ਸਾਰੇ ਦੀ ਆਵਾਜ਼ ਬਣ ਕੇ ਮੈਂ ਪੰਜਾਬ ਦਿੱਲੀ ਜਾ ਕੇ ਇਹਨਾਂ ਦੀ ਗੱਲ ਕਰਾਂ। ਕੇਂਦਰ ਦੀ ਕਿਹੜੀ ਸਕੀਮਾਂ ਮੰਨਦੇ ਹੋ ਵੀ ਪੰਜਾਬ ਦੇ ਵਿੱਚ ਆਈਆਂ ਨੇ ਜਿਹੜੀ ਵਿਕਾਸ ਦੀ ਰਾਜਨੀਤੀ? 42 ਐਸੀ ਸਕੀਮਾਂ ਹਨ ਕੇਂਦਰ ਦੀ,
ਚਾਹੇ ਆਯੁਸ਼ਮਾਨ ਭਾਰਤ ਹੋ, ਚਾਹੇ ਕਿਸਾਨ ਸਮਾਨ ਨਿਧੀ ਯੋਜਨਾ ਹੋ, ਚਾਹੇ ਕੱਚੇ ਘਰਾਂ ਦੀ ਗੱਲ ਹੋ, ਚਾਹੇ ਅੱਜ ਨੀਲੇ ਕਾਰਡਾਂ ਦੀ ਗੱਲ ਹੈ, ਚਾਹੇ ਨਰੇਗਾ ਦੀ ਗੱਲ ਹੈ, ਐਸੇ 42 ਸਕੀਮਾਂ ਹੁਣ ਵਿਸ਼ਵਕਰਮਾ ਸਕੀਮ ਜੋ ਨਵੀਂ ਪ੍ਰਧਾਨ ਮੰਤਰੀ ਸਾਹਿਬ ਨੇ ਲਾਗੂ ਕੀਤੀ ਹੈ, ਸਾਰੀ ਸਕੀਮਾਂ ਲੋਕਾਂ ਦੇ ਸਾਹਮਣੇ ਹੈ। ਦੇਖੋ, ਪੰਜਾਬ ਨੂੰ ਬਚਾਉਣਾ ਬਹੁਤ ਜ਼ਰੂਰੀ ਹੈ। ਪੰਜਾਬ ਰੁੱਲ ਗਿਆ ਔਰ ਇਸ ਆਮ ਆਦਮੀ ਪਾਰਟੀ ਤੋਂ ਸਾਨੂੰ ਕੋਈ ਉਮੀਦ ਨਹੀਂ ਹੈ। ਮੈਨੂੰ ਖੁਸ਼ੀ ਹੈ ਕਿ ਮੇਰੇ ਵਿਰੋਧੀ ਆਮ ਆਦਮੀ ਪਾਰਟੀ 'ਚ ਜੋ ਉਮੀਦਵਾਰ ਹਨ ਉਹ ਕਹਿੰਦੇ ਮੈਂ ਡਿਵੈਲਪਮੈਂਟ ਦੇ ਪਲੈਂਕ 'ਤੇ ਵੋਟਾਂ ਮੰਗਣੀ, ਕਿਉਂਕਿ ਡਿਵੈਲਪਮੈਂਟ ਤਾਂ ਕੀਤੀ ਨਹੀਂ ਅਤੇ ਵੋਟ ਉਹ ਮੰਗ ਨਹੀਂ ਸਕਦੇ। ਜੇ ਡਿਵੈਲਪਮੈਂਟ 'ਤੇ ਮੰਗਣੀ ਹੈ ਤਾਂ ਮੈਨੂੰ ਇੱਕ ਵਾਅਦਾ ਆਮ ਆਦਮੀ ਪਾਰਟੀ ਦਾ, ਇੱਕ ਵਾਅਦਾ ਵੀ ਦੱਸ ਦਿਓ ਮੈਨੂੰ। ਤੁਸੀਂ ਕਹੋਗੇ ਬਿਜਲੀ, ਬਿਜਲੀ ਤਾਂ ਪਹਿਲੇ ਪੁਰਾਣੀ ਸਰਕਾਰ ਦੇ ਰਹੀ ਸੀ, ਉਹਨਾਂ 'ਤੇ ਸਿਰਫ ਮੋੜ ਕੇ ਜਿਵੇਂ ਅੱਜ ਨੀਲੇ ਕਾਰਡਾਂ ਜੇ ਰਾਹੀਂ ਜੋ ਗਰੀਬਾਂ ਨੂੰ ਰਾਸ਼ਨ ਮਿਲ ਰਿਹਾ ਉਹਦਾ ਦੇਣ ਵਾਲਾ ਤਾਂ ਪ੍ਰਧਾਨ ਮੰਤਰੀ ਹੈ, ਪਰ ਭਗਵੰਤ ਮਾਨ ਸਾਹਿਬ ਆਪਣੀ ਫੋਟੋ ਲਾ ਦਿੰਦਾ ਅਤੇ ਇਹ ਹਾਲ ਇੱਥੇ ਹੀ ਹੈ। 47,000 ਨੌਕਰੀਆਂ ਕਹਿੰਦੇ ਨੇ ਜੀ ਵੀ ਦਿੱਤੀਆਂ ਨੇ। ਉਹ ਯਾਰ, ਕਹਿਣ 'ਚ ਤਾਂ ਕੁਛ ਵੀ ਕਹਿ ਦੇ, ਕਲਾਕਾਰ ਤਾਂ ਉਹ ਹੈਗਾ ਬਹੁਤ ਵੱਡਾ। ਲੋਕਾਂ ਨੂੰ ਮੈਨੂੰ ਦੱਸੋ, 17,000 ਨੌਕਰੀਆਂ ਦਿੱਤੀ ਕਿੱਥੇ? ਬੰਦੇ ਖੜ੍ਹੇ ਕਰ ਲਓ। ਅੱਜ ਜੇ ਉਹਨਾਂ ਨੇ ਨੌਕਰੀਆਂ ਦਿੱਤੀ ਹੋਣੀ ਤਾਂ ਟੈਂਕਾਂ 'ਤੇ ਕੋਈ ਨਹੀਂ ਖੜ੍ਹਾ ਹੁੰਦਾ। ਬਿਲਕੁਲ, ਪਰ ਜੋ ਖਾਤੇ 'ਚ ਕੰਮ ਕੀਤਾ ਭਗਵਾਨ ਪ੍ਰਾਈਮ ਮਿਨਿਸਟਰ ਸਾਹਿਬ ਨੇ, ਜੋ ਧਨ ਯੋਜਨਾ ਦੇ ਰਾਹੀਂ ਜੋ ਲੋਕਾਂ ਦੇ ਬੈਂਕ ਅਕਾਊਂਟ ਖੁੱਲ੍ਹੇ ਹੈ, ਇੱਕ ਇਤਿਹਾਸਿਕ ਕੰਮ ਕੀਤਾ ਹੈ। ਜੋ 10 ਸਾਲ ਮੋਦੀ ਸਾਹਿਬ ਨੇ ਇਸ ਦੇਸ਼ ਨੂੰ ਇਕੱਠਾ ਕਰਕੇ 370 ਹਟਾਇਆ, CAA ਬਣਾਇਆ, ਇਸ ਦੇਸ਼ ਨੂੰ ਜੋ ਇੱਕ ਕੀਤਾ, ਭਾਰਤ ਮਾਤਾ ਭਾਰਤ ਦੇਸ਼ ਨੂੰ ਮਹਾਨ ਬਣਾਇਆ, ਇਹਦਾ ਕੋਈ ਮੁਕਾਬਲਾ ਨਹੀਂ ਕਰ ਸਕਦਾ। ਖੰਨਾ ਸਾਹਿਬ, ਕੇਜਰੀਵਾਲ ਦੀ ਮੂੰਹਮੰਦੀ ਭੈਣ ਸਿੱਪੀ ਸ਼ਰਮਾ ਵੀ ਕਾਗਜ਼ ਦੇਖ ਲਓ। ਬਿਲਕੁਲ, ਉਹ ਵੀ ਅੱਜ ਕਾਗਜ਼ ਭਰ ਰਹੀ ਹੈ ਵਿਚਾਰੀ, ਉਹ ਵੀ ਰੁਲੀ ਪਈ ਹੈ। ਔਰ ਕੇਜਰੀਵਾਲ ਕਹਿੰਦਾ ਸੀ ਮੇਰੀ ਭੈਣ ਹੈ, ਜੇ ਇਹਦਾ ਉਹਦੀ ਭੈਣ ਦਾ ਇਹ ਹਾਲ ਹੈ ਤਾਂ ਆਮ ਆਦਮੀ ਦਾ ਕੀ ਹਾਲ ਰਹਿਣਾ? ਬਿਲਕੁਲ ਸਹੀ ਸਵਾਲ ਹੈ।